नाथ मिली लाने वाल का मान सम्मान फादर साहब लेंदे हुए टीम के रहते खिलाड़ी प्लीज आ जा एक पास चक लिया सताल बी जी सारे नु जी मिलो जी दलवीर नु सताल बी सारे नु ते बाकी अज भाई इंजन लगे जी स्टार्ट कर दलवीर घंटा हो गया पुराना रखा हो जी दलवीर ने इंजन साढ़े चलते जी हले इंजन कुई च लगा जी उतरन घर से स्पैशल बुला के लेके आया मैं कहता गौर रखी कहता कि कुई च रह जा कीला है यार उत्थे पाइप लाइन आ सकती है थोड़ी जी लियानी है तुसी बाकी लगे जी उतरन कुई च हुण देखदे आ लै भाई ओए ओ उत्थे जैंडोरी कसनी दी ਉਹ ਖੱਡਾ ਬਹੁਤ ਆ ਵੀ ਚੁੰਗੀ ਨਿਗਾ ਰੱਖੀ ਉਹ ਬਸ ਹੁਣ ਸਾਰਾ ਦਿਨ ਹੀ ਨਾ ਇਹਨਾਂ ਦੇ ਭਰੇ ਆ ਬਾਕੀ ਭਾਈ ਕੋਈ ਆ ਦਰਵੀ ਖੂਹ ਲੱਗਦਾ ਮੈਨੂੰ ਇਹ ਖੂਹ ਚ ਬੋਰ ਹੈ ਨਾ ਜਿਹੜੇ ਹਿਸਾਬ ਨਾਲ ਚੌੜਾ ਏ ਸਾਫ ਪਿਆ ਦੇਖ ਲੈ ਵਿੱਚ ਤੇ ਕਹਦੇ ਤਾਂ ਹੀ ਹੋਇਆ ਬਾਕੀ ਆ ਭਾਈ ਪਟੇ ਵਾਲਾ ਚੱਲੂਗਾ ਹੁਣ ਇੰਜਣ ਆ ਇੱਧਰ तैयारी है और चरी नू पानी लाना जी ने हुण सब कुछ पानी मंगदा भाई गन्ने बत्तियां बट्टी खड़े है हुण ते ला के बंद ना करी गन्ना गुन्ना सारा भर लियो अपना दो बार हां लगातार फेर दे पानी पहला देख लेता स्टार्ट करके होया नहीं है हवा जी बनाउंदा उहदे इत्थे जैंडोरी करके है चक लेना पानी हुण कसे दिन लीक करदी आ उहदे करके चक्के ने बाकी करदे जी स्टार्ट फिर देखदे आ चकदा पानी कि नहीं लो जी कसियां दा विच बाकी स्टार्ट करके देखोगे हुण पानी चकदा कि नहीं उहदा इंजण ने दस्से देना ना पानी चक्के दा पानी पाना पैना एह्दे च बनी नहीं जी गल हले दुबारे फिर उतरन लग्या सवार के कस दे मैं तैनू उपर घुमा के दसूंगा ये भी टाइट है कि नहीं कसर रह गई हले चाबी तो नट तो नहीं घूमता कितने फिर इनू पानी नाल भर ली दलवीर एक बार है फिर हवा लेने दे हट जाने ने जैंडोरी ने पानी नाल भर भी कहना होगा बाल्टी नाल थोड़ो भर यार हुण तां लीक हट गया तेरा है ओ तां पानी तां चकना ही ने हवा निकलनी चाहिए हवा ताही आवाज आउंदी है अच्छा समझ गया गल तेरी मैं भी हवा लंदा थले है लो जी कसियां दा दुआरे हुण देख दे आ फिर स्टार्ट करके चक लिया जे जैंडोरी ज्यादा टाइट तां नहीं होगी चक लिया पानी और चक लिया जी पानी चकाता जी पानी चका छड़िया अगे रात नूं कुइयां च वड़दे फ्री जांदे थे चक लिया जी चक लिया पानी आ चलता जी इंजन का पानी पानी ठीक है पाँच इंची हाँ पूरा पानी है वो जैंडोरी करके ही आ गन्ना गुन्ना भर दिया चेरी पानी मंगती थी जी बत्तियां बत्ती खड़ी है भी बेचारी इंजन वाली का आही चक्कर है मोटर हो गया अगला जो चला दिता अपना 100 रुपये का डीजल होया होया पानी साल खासा कड़ता है ना बहुत हाँ 5 इंची पाइप
ਭਰ ਦੇਣਾ ਨਹੀਂ ਤੇਰਾ ਘੰਟੇ ਡੇਢ ਘੰਟੇ ਚ ਹੋਰ ਅੰਨ ਤਾਂ ਟਾਈਮ ਹੀ ਲਾਉਂਦਾ ਏ ਚੱਲੀਏ ਫਿਰ ਆਪਾਂ ਚੱਲ ਚੱਲ ਚੱਲੀਏ ਬਾਕੀ ਚੱਲਦੇ ਜੀ ਹੁਣ ਪਿੰਡੀ ਕਿੱਥੇ ਆ ਪਿੱਛੇ ਬਈ ਬਣ ਰੱਖ ਆ ਪਿੰਡੀ ਦੋ ਕਾ ਵਿੱਚ ਪਾ ਦੇ ਪਹਿਲਾਂ ਲੱਗਣਾ ਪਤਾ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਪਿੰਡੀ ਤੋੜਦੇ ਆ ਜੀ ਪਿੰਡੀ ਵੀ ਫਲ ਘੱਟ ਗਿਆ ਹੁਣ ਠੀਕ ਵੀ ਆ ਘੱਟ ਵੀ ਆ ਵੱਧ ਵੀ ਆ ਬਾਕੀ ਫੁੱਲ ਆਈ ਜਾਂਦਾ ਤੋੜੀ ਜਾਂਦੇ ਆ ਬਾਈ ਰੋਜ਼ ਟੈਂਪਰੇਚਰ ਹਾਈ ਆ ਪੂਰਾ ਗਰਮੀ ਬਹੁਤ ਹੈ ਸ਼ਾਮ ਦਾ ਟਾਈਮ ਹੈ ਹੁਣ ਪਾਣੀ ਲੈ ਕੇ ਨਹੀਂ ਆਏ ਬਾਈ ਪਾਣੀ ਭੁੱਲਿਆ ਬਾਪੂ ਹਲੇ ਲੇਟ ਆਊਂਗਾ ਕਹਿੰਦਾ ਮੈਂ ਆਉਂਦਾ ਏ ਆਏ ਨਹੀਂ ਹਲੇ ਪਾਣੀ ਦੇਖਦੇ ਬੈਠੇ ਗਲ ਸਕਾ ਤਾ ਪਾਣੀ ਬਿਨਾਂ ਇੱਕ ਮਿੰਟ ਨਹੀਂ ਲੰਘਦਾ ਯਾਰ ਗਰਮੀ ਜ਼ਿਆਦਾ ਥੋੜ੍ਹੀ ਜਿਹੀ ਥੋੜ੍ਹੀ ਵੀ ਨਹੀਂ ਬਹੁਤੀ ਹੋਵੇ ਉਹ ਦੇਖੋ ਚੋਬਰ ਕਿੱਦਾਂ ਫੜਾ ਅੱਗ ਵਰਗਾ ਪਿਆ ਅੱਛਾ ਚਲੀ ਜੰਮਿਆ ਜੀ ਹੈ ਨਾ ਉਹ ਤਾਂ ਦਿਖਣੀ ਨਹੀਂ ਹੈਗੀ ਹੁਣ ਕੋਇਲ ਕਿਆ ਵਧੀਆ ਬੋਲਦੀ ਹੈ ਸ਼ਾਂਤੀ ਤੇ ਕਿੰਨੀ ਆ ਤੂੰ ਨਾ ਬੋਕ ਸ਼ਾਂਤੀ ਕਿੰਨੀ ਆ ਸੜਕ ਕਿੰਦੂ ਆ ਪਹਿਲਾਂ ਆਵਾਜ਼ਾਂ ਸੁਣਦੀਆਂ ਹੋਰ ਸ਼ਾਂਤੀ ਆ ਬਹੁਤ ਜਾਣਾ ਯਾਰ ਮੈਂ ਵੀ ਹੁਣ ਦੇਖਦਾ ਬਾਕੀ ਆਉਂਦਾ ਸਾਰੇ ਖੇਤ ਅੱਜ ਇੱਕ ਪ੍ਰਧਾਨ ਜੀ ਦਾ ਫੋਨ ਆਉਂਦਾ ਪ੍ਰਧਾਨ ਜੀ ਦਾ ਉੱਥੇ ਵੀ ਜਾ ਕੇ ਆਉਣਾ ਪੈਣਾ ਦੇਖਦੇ ਹੁਣ ਕਿਤੇ ਕਿੱਦਣ ਲੋਟ ਆਉਣਾ ਹੈ ਕਿ ਨਹੀਂ ਚੱਲਦੇ ਹਾਂ ਪ੍ਰਧਾਨ ਨਾਲ ਜਾਣਾ ਪੈਣਾ ਪ੍ਰਧਾਨ ਜੀ ਨਾਲ ਵੀ ਬਾਈ ਜਾਣਾ ਪੈਣਾ ਜਲਦੀ ਨਹੀਂ ਡੈਡੀ ਨੂੰ ਭੇਜਦੀ ਆਪਣੇ ਨੂੰ ਚਾਚਾ ਜਾਊਗਾ ਨਾਲ ਨਹੀਂ ਚਾਚੇ ਫਿਰ ਬਾਹਣਾ ਖਾਣ ਚਾਚੇ ਤੂੰ ਬਾਹ ਲਈ ਨਹੀਂ ਬਾਹੂੰਗਾ ਬਾਪੂ ਤੇ ਕਿੱਥੇ ਬਹਿਣੇ ਆ ਬਲਾਂਗੇ ਜਾਣਾ ਮੈਂ ਸੱਤ ਕੁ ਵਜੇ ਜਾਊਂਗਾ ਵੀ ਪਾਉਣਾ ਸਾਢੇ ਸੱਤ ਅੱਠ ਵਜੇ ਰਾਤ ਨੂੰ ਵਧੀਆ ਠੰਡਾ ਹੁੰਦਾ ਮੌਸਮ ਰਾਤ ਨੂੰ ਹੀ ਜਾਣਾ ਪੈਣਾ ਦਿਨ 'ਚ ਤਾਂ ਗਰਮੀ ਬਹੁਤ ਆ ਬੈਠ ਟਾਈਮ ਦੇ ਤੂੰ 6 ਵਜੇ ਚੱਲੇ ਧੁੱਪਾਂ ਦੇ ਲੱਗੀ ਹਲੇ ਵਾਲੇ ਬਾਏ ਹੋਣੇ ਤਾਂ ਕੱਲੂ ਬਾਊਂਗਾ ਉਰੇ 6 ਵਜੇ ਵੀ ਧੁੱਪਾਂ ਪੂਰੀ ਹੈ ਨਾ ਇਹ ਤਾਂ 7:30 8 ਵਜੇ ਚੱਲਣਾ ਟ੍ਰੈਕਟਰ 8 ਵਜੇ ਜਾਊਂਗਾ ਰੋਟੀ ਰੋਟੀ ਖਾ ਕੇ ਜਾਊਂਗਾ 10-11 ਵਜੇ ਤੱਕ ਬਾਹਣ 12 ਵਜੇ ਤੱਕ ਮੈਂ ਦੂਰ ਦੂਰ ਕਰੇ ਹੋਣਾ ਫਿਰ ਪਾਣੀ ਛੱਡੀਏ 10 ਤਰੀਕ ਨੂੰ ਪੂਛਾ ਛਾਲਾ ਮਾਰਦੀ ਆ ਕਹਿੰਦੀ ਲਾਓ ਹੁਣ ਦਿਨ ਲੰਘਦੇ ਜਾਂਦੇ ਆ ਮਹੀਨੇ ਤੋਂ ਉੱਪਰ ਹੋ ਗਈ 3 ਤਰੀਕ ਨੂੰ ਮਹੀਨੇ ਦੀ ਹੋ ਗਈ ਮਾੜੀ ਗੌਰ ਨਾਲ ਤੋੜ ਕਾਲੀ ਨਾ ਕਰ ਕੁਛ ਨੀ 10 ਮਿੰਟ ਲੱਗ ਜੂਗੇ ਇਹਦੀ ਬਜ਼ਾਰ ਬਣ ਜਾਂਦਾ ਫਿਰ ਸਤਿ ਸ਼੍ਰੀ ਅਕਾਲ ਜੀ ਲੱਗਿਆ ਬਈ ਤੋੜਨ ਕਿਆ ਤੋੜਦੇ ਭਿੰਡੀ ਭਿੰਡੀ ਹੋਰ ਕਿ ਮਸ਼ਰੂਮ ਲਾਏ ਹੋਏ ਭਿੰਡੀ ਲਾਈ ਹੋਈ ਭਿੰਡੀ ਲਾਈ ਵੀ ਖਾਜ ਤੋੜਦੇ ਆ ਭਿੰਡੀ ਕਾਜ ਤੋੜਦੇ ਆ ਖਾਜੀ ਮੇਰੇ ਵਧੀਆ ਨਾਲ ਇਹਦੇ ਵਿੱਚ ਨੂੰ ਖਾਜ ਹੁੰਦੀ ਬੂਠੇ ਪਰ ਦਸਤਾਨੇ ਦੇ ਵਿੱਚ ਕੰਟ ਜ਼ਿਆਦਾ ਯਾਰ ਹੈ ਧੁੱਪਾਂ ਕਰਕੇ ਆ ਧੁੱਪ ਜਿੰਨੀ ਧੁੱਪ ਵੱਧਦੀ ਕੰਟ ਵੱਧਦੀ ਹੈ ਪ੍ਰਧਾਨ ਵੀ ਆਇਆ ਬਾਈ ਉਹ ਤਾਂ ਗੱਲਾਂ ਛੱਡ ਦੇ ਸਤਿ ਸ੍ਰੀ ਅਕਾਲ ਜੀ ਪ੍ਰਧਾਨ ਜੀ ਬਾਲਟੀ ਲੈ ਚੱਲੇ ਭਾਈ ਲੱਗੇ ਤੇ ਭਿੰਡੀ ਤੋੜਨੀ ਜੀ ਪ੍ਰਧਾਨ ਗਲਾਵ ਨਹੀਂ ਪਾਉਂਦੇ ਗਲਾਵ ਤੇ ਬਾਲਟੀ ਚ ਪਾਇਆ ਪ੍ਰਧਾਨ ਨੇ ਆਹ ਨਹੀਂ ਜੇ ਤਾਂ ਰੋਜ਼ ਤੋੜਨੀ ਆ ਫਿਰ ਇਹ ਨੁਕਸਾਨ ਕਰਦੀ ਆ ਕਦੇ ਤੋੜਨੀ ਆ ਨਾ 2 ਦਿਨ ਬਾਅਦ ਤੋੜਦੇ ਹੁਣ ਆਪਾਂ ਫਿਰ ਨਹੀਂ ਜੇ ਰੋਜ਼ ਤੋੜਨੀ ਫਿਰ ਤਾਂ ਗਲੀਆਂ ਕਰ ਦੋ ਜੀ ਇਹਨੂੰ ਬਾਈ ਕਰ ਦੂਗੀ ਹਾਂ ਇਹ ਜੇ ਚੀੜ ਹੁੰਦਾ ਨਾ ਆ ਚੀਜ਼ ਘਸਾ ਦਿੰਦੀ ਆ ਹੁਣ ਕਦੇ ਕਦੇ ਹੀ ਤੋੜਦੇ ਆ ਉਹਦਾ ਨਹੀਂ ਐਡਾ ਚੱਕਰ ਹੈਗਾ ਇਹਦਾ ਪਿਆਰ ਹੈ ਇਹ ਬਹੁਤ ਜ਼ੋਰ ਲੰਦਾ ਹੱਥ ਦਾ ਹਾਂ ਇਹ ਜੀ ਕੰਡੇ ਵੀ ਹੁੰਦੇ ਆ ਕੰਡੇ ਹੁੰਦੇ ਵਿੱਚ ਨੂੰ ਲਿਖਣੇ ਭਰਦੇ ਹਾਂ ਵਿੱਚ ਨੂੰ ਕੰਡੇ ਲਿਖਣੇ ਨੂੰ ਭਰਦੇ ਬਿਆਰ ਦੇ ਜਿਹੜੇ ਹੁੰਦੇ ਆ ਕੰਡੇ ਹੁੰਦੀ ਬਸ ਉਹ ਹਾਂ ਬਾਕੀ ਦਮੇ ਦਮ ਤੋੜਨ ਲੱਗੇ ਵੀ ਆ ਜੀ ਅਸੀਂ ਟੂਰਨਾਮੈਂਟ ਤੇ ਵੀ ਜਾਣਾ ਅੱਜ ਜੀ ਸਮਰਾਲੇ ਲੱਗ ਪੈਂਦਾ ਜਨੌਦ ਸਮਰਾਲੇ ਲੱਗ ਪੈਂਦਾ ਬਾਈ ਉੱਥੇ ਜਾਣਾ ਸ਼ਾਮ ਨੂੰ
ਕੋਹਲੀ ਦੇ ਯਾਰ ਦੋਸਤਾਂ ਨੇ ਕਰਾਇਆ ਭਾਈ ਸੁਨੇਹਾ ਆਇਆ ਪ੍ਰਧਾਨ ਨੂੰ ਬਈ ਸਾਰੀ ਟੀਮ ਲੈ ਕੇ ਆਉਣਾ ਹਾਂ ਟੀਮ ਜਾਊ ਸਾਰੀ ਸਾਡੀ ਜੀ ਅੱਜ ਸ਼ਾਮ ਨੂੰ ਦੋ ਕੁ ਘੰਟੇ ਦੇਖਾਂਗੇ ਪ੍ਰੋਗਰਾਮ ਕਿੱਦਾਂ ਦਾ ਦੋ ਘੰਟੇ ਦੇਖ ਕੇ ਫਿਰ ਆਵਾਂਗੇ ਗਰਮੀ ਕਰਕੇ ਰਾਤ ਨੂੰ ਕਰਾਇਆ ਮੇਰੇ ਹਿਸਾਬ ਨਾਲ ਵਧੀਆ ਭਾਈ ਵਧੀਆ ਯਾਰ ਮਾਨੀ ਗਰਮੀ ਪ੍ਰਧਾਨ ਜੀ ਹੈ ਰਾਤ ਨੂੰ ਵਧੀਆ ਬੈਠਣਾ ਕਿਆ ਅਗਰ ਖੇਲਣ ਨਹੀਂਗਾ ਰਾਹੀਂ ਚੱਕਰ ਦੱਸਾਂ ਕਿਆ ਇਹ ਦੇਖਣ ਆਇਆ ਤਾਂ ਬੈਠਣਾ ਇਹ ਖੇਲਣਾ ਉਹਦੇ ਤੂੰ ਤੂੰ ਪੰਜ ਉਹਦਾ ਦੇਵ ਹੋ ਜਾ ਕੁਦੇ ਸਾਜੇ ਨੇ ਦੇਖਿਆ ਉਹ ਰਾਤ ਨੂੰ ਜਿੱਥੇ ਮਰਜੀ ਬਹਿ ਜਾਵੇ ਬੰਦਾ ਦਿਨ ਚ ਸ਼ਾਮਾਂ ਹੀ ਲੱਭਦੇ ਫਿਰੀ ਜਾਂਦੇ ਆ ਯੋ ਸ਼ਾਮਾਂ ਇਧਰ ਰੱਖ ਤੂੰ ਰਾਤ ਨੂੰ ਜਿਸ ਤਰ੍ਹਾਂ ਮਰਜੀ ਬੈਠਾ ਰਹੇ ਭਾਈ ਖੇਲਣਾ ਵੀ ਔਖਾ ਯਾਰ ਖਿਡਾਰੀਆਂ ਨੂੰ ਹਾਂ ਖੇਲਣਾ ਔਖਾ ਬਾਈ ਜੀ ਆਪਾਂ ਤਾਂ ਬਹਿਣਾ ਉਹਨਾਂ ਜ਼ੋਰ ਮਾਰਨਾ ਯਾਰ ਆਪਾਂ ਤਾਂ ਬੈਠੇ ਨੇ ਜ਼ੋਰ ਮਾਰਨਾ ਯਾਰ ਦੇਖ ਲੈ ਫਰਕ ਹੈ ਬਾਕੀ ਨਿਊਜ਼ੀਲੈਂਡ ਆ ਭਾਈ ਉਹਦੇ ਨਾਲ ਦੇ ਮੁੰਡੇ ਉੱਥੇ 6-7 ਜਣੇ ਨੇ ਪਾਏ ਹੋਏ ਤੇ ਪੋਸਟਰ ਜੇ ਹੀ ਮਖਾ ਚੱਲ ਜਾਏ ਉਹਨੇ ਭਾਈ ਵਧੀਆ ਵਧੀਆ ਜਾਏ ਉਹਨੇ ਜਾਊਗੀ ਟੀਮ ਸਾਰੀ ਹੁਣ ਟਿੰਡਾ ਤਿਆਰ ਆ ਜੱਗਾ ਤਿਆਰ ਆ ਮਲਕੀ ਸੀ ਬਾਈ ਤਿਆਰ ਆ ਬਾਕੀ ਦੇਖਦੇ ਕੌਣ ਕੌਣ ਜਾਂਦਾ ਹਾਂ ਬਾਕੀ ਦੇਖਦੇ ਕੌਣ ਕੌਣ ਜਾਂਦੇ ਆ ਇਸ ਤੋਂ ਸਭ ਹਾਂ ਇਹ ਪੱਕੇ ਆ ਕਿ ਜਾਣਾ ਜ਼ਰੂਰ ਆ ਮਹਾਰਾਜ ਦਾ ਨੌ ਲੈ ਕੇ ਚੱਲ ਪੈਣਾ ਬਸ ਘੰਟਾ ਖੰਡ ਹੋਰ ਆ ਜੀ ਬੀਜ ਬੂਜ ਤਾਂ ਫਰਕ ਹੈ ਇਹ ਉਹਦੇ ਪੱਤਾ ਪਾਉਂਦਾ ਖਰੀ ਤੇ ਬੀਜ ਬੀਜ ਵੀ ਕਈ ਤਰ੍ਹਾਂ ਦੇ ਆ ਇਹ ਪੱਤਾ ਨਹੀਂ ਹੈਗਾ ਪਿੰਡੀ ਵਜੋਂ ਸਾਜ ਵਾਲਾ ਨਾ ਕਿ ਪੱਤਾ ਥੱਲੇ ਖਤਮ ਹੋਈ ਜਾਂਦਾ ਉੱਪਰ ਚੱਲੀ ਜਾਂਦੀ ਹੈ ਭਿੰਡੀ ਨਹੀਂ ਤਾਂ ਤੁਰੇ ਨਾ ਹੋਵੇ ਇਹਦੇ 'ਚ ਪਾਣੀ ਨਾ ਵੱਧਦੀ ਬਹੁਤ ਛੇਤੀ ਆ ਬਈ ਪਾਣੀ ਲੈ ਕੇ ਹੁੰਦੀ ਆ ਮੈਂ ਤਾਂ ਕਹਿੰਦਾ ਜੇ ਪਾਣੀ ਨਹੀਂ ਲੱਗਣਾ ਜੀ ਕੰਡ ਵੀ ਹੋ ਜਾਂਦੀ ਤੋੜਨੀ ਵੀ ਔਖੀ ਆ ਟੁੱਟਦੀ ਵੀ ਨਹੀਂ ਚੀੜੀ ਹੋ ਜਾਂਦੀ ਕੱਦ ਵੀ ਨਹੀਂ ਕਰਦੀ ਆ ਹੁਣ ਫਲ ਵਿੱਚ ਨੂੰ ਹਟੇ ਗਿਆ ਤਾਂ ਹੁਣ ਪੈਣ ਲੱਗਿਆ ਮੜਾ ਜਿਹਾ ਪਾਣੀ ਦੇ ਬਾਅਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਜੱਗਾ ਵੀ ਆਇਆ ਵਾ ਅੱਜ ਆਪਾਂ ਚੱਲੇ ਫਿਰ ਅੱਜ ਚੱਲੇ ਜੀ ਕਬੱਡੀ ਕੱਪ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਪਿੰਡ ਕਿਹੜਾ ਹੈ ਨੌਦ ਪ੍ਰਧਾਨ ਨੇ ਪਤਾ ਪਿੰਡ ਦਾ ਸਮਰਥਨ ਵਾਲੇ ਕੋਲ ਅੱਜ ਵੀ ਛੱਡਿਆ ਵਾ ਘਰਾਂ ਹੋਰ ਜ਼ਿਆਦਾ ਜਣੀ ਇਹਦੇ ਪੈਂਦਾ ਏ ਪਰ ਅਸੀਂ ਲੈ ਕੇ ਨਹੀਂ ਜਾਣਾ ਏ ਕਿਹੜੇ ਕੱਢੀ ਜਾਂਦਾ ਸਾਡੇ ਤਾਂ ਇਹਦਾ ਕੋਲ ਨੂੰ ਕਿਹੜੇ ਵਾਰੀ ਆ ਤੀਆ ਕਿਹੜਾ ਸਾਈਕਲ ਪਾਈ ਦਾ ਹਾਂ ਤੀਆ ਕਿਹੜਾ ਏ ਵੀ ਮੈਂ ਚਲੇ ਜਾ ਬਾਕੀ ਭਾਈ ਗਰਮੀ ਬਹੁਤ ਆ ਪਾਣੀ ਦਾ ਬੋਤਲ ਲਾ ਰੱਖੀ ਆ ਦੇਖ ਚੱਲਦਾ ਕੰਮ ਨਾਲ ਦੀ ਨਾ ਅੱਧੀ ਤਾਂ ਗਰਮੀ ਦਿੱਤੀ ਪਿੰਡ ਮਿਲਦੇ ਘਰ ਤੇ ਚੱਕੀ ਵਾਰੇ ਵੀਗ ਦੀ ਅੱਧੀ ਵੀਗ ਦੇ ਰਹਿ ਇੰਨੀ ਗਰਮੀ ਹੱਲੇ ਵੀ ਪਾਣੀ ਠੰਡਾ ਜ਼ਿਆਦਾ ਮੂੰਹ ਸੁੱਕ ਹੋ ਜਾਂਦਾ ਗਰਮੀ ਬਹੁਤ ਆ ਬਾਈ ਬਾਕੀ ਹੁਣ ਪ੍ਰਧਾਨ ਨੂੰ ਚੱਕਦੇ ਆ ਜੀ ਤੇ ਮਰਾਉਂ ਤੁਹਾਨੂੰ ਪ੍ਰਧਾਨ ਨਾਲ ਫਿਰ ਬੰਦੇ ਬਚ ਬਚ ਕੇ ਆਏ ਆ ਬਾਈ ਕੱਲ ਵੀਡੀਓ ਤਾਂ ਦੇਖ ਲੈਣੀ ਸਾਰਿਆਂ ਨੇ ਅਸੀਂ ਬਚ ਬਚ ਕੇ ਨਿਕਲੇ ਆ ਬਿਸਕੁਟ ਵਾਲੀ ਆਈ ਦੀ ਵਿੱਚ ਵਾੜ ਕੇ ਪਿੱਛੇ ਕੁੰਡਾ ਲਾ ਲੈਣਾ ਕਿਹੜੀ ਬਰੌਨਮੈਂਟ ਵਾਲੀ ਕੋਈ ਨੀ ਬਾਈ ਹੁਣ ਦੇਖੋ ਉੱਥੇ
ਵੀ ਥੋੜੇ ਹੀ ਬੰਦੇ ਜਾਣੇ ਤੇ ਵੀ ਤਾਂ ਕਰਕੇ ਅਸੀਂ ਕਿਸੇ ਨੂੰ ਦੱਸਿਆ ਨੀ ਸਾਡੀ ਟੀਮ ਨੇ ਵੀ ਗੁੱਸਾ ਕਰਦਾ ਅਗਲੇ ਕਹਿੰਦਾ ਯਾਰ ਵਾਧੂ ਲਿਖ ਰਹੀ ਹੈ ਵਿਹਲੇ ਹੀ ਦੇ ਹੁਣ ਵੀ ਹੈ ਵਿਹਲੇ ਆ ਸਾਰੇ ਕਾਕਾ ਡਾਂਗ ਦਾ ਕਰ ਲੈਂਦਾ ਜਿਹੜੇ ਹੁਣ ਵਿਹਲੇ ਹੀ ਦੇ ਆਹ ਟਾਈਮ ਗੱਡੀ ਕ ਪ੍ਰਧਾਨ ਦੀ ਬੰਦਾ ਲਿਖਿਆ ਵਾ ਹਾਂ ਚੱਕਰ ਇੱਕ ਗੱਡੀ ਦਾ ਪੈ ਗਿਆ ਮਸਲਾ ਆ ਹੋ ਗਿਆ ਵੀ ਗੱਡੀ ਗਈ ਹੋਈ ਸੀ ਦੂਈ ਗੱਡੀ ਵੀ ਹਲੇ 200 ਕਿਲੋਮੀਟਰ ਦੂਰ ਖੜੀ ਆ 250 ਨੇੜੇ ਹੁੰਦੀ ਫਿਰ ਬੰਦੇ ਵੱਧ ਚਲੇ ਜਾਣੇ ਸੀ 200 ਹੈ ਜਣੀ ਪੰਜ ਬੰਦੇ ਹੋਰ ਚਲੇ ਜਾਣੇ ਸੀ ਬਸ ਪਤਾ ਲੱਗ ਜਾਂਦਾ ਕਿੱਥੇ ਆ ਭਾਈ ਕਿੱਥੇ ਹੁੰਦੀ ਕਿੱਥੇ ਜਾਂਦੀ ਸੀ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਲੋਕੇਸ਼ਨ ਪਤਾ ਲੱਗ ਜਾਂਦਾ ਚਲੋ ਬੰਦੇ ਨੇ ਉਹਨੇ ਵੀ ਜਿਹੜਾ ਲੈ ਕੇ ਗਿਆ ਵਿਚਾਰੇ ਨੇ ਆਪਣਾ ਮਾਨਤਾਨ ਬਹੁਤ ਰੱਖਿਆ ਹਾਂ ਹਾਂ ਨਹੀਂ ਚੱਲ ਲੋਕੇਸ਼ਨ ਦਾ ਚਾਚੇ ਲੱਗ ਆ ਹਾਂ ਜਿਹੜਾ ਫਾਸਟ ਟੈਗ ਲੱਗਿਆ ਵਾ ਨਾ ਇਹ ਸਭ ਤੋਂ ਬੜੀ ਉਹ ਆ ਇਹਦਾ ਮੈਸੇਜ ਆ ਜਾਂਦਾ ਬੰਦਾ ਲੈ ਜਵੇ ਗੱਡੀ ਕੋਈ ਚੱਕਰ ਨਹੀਂ ਹੁੰਦਾ ਤਾਂ ਉਹਨੂੰ ਆ ਬਾਈ ਮੂਰੇ ਦਿੱਲੀ ਜਾਂਦਾ सामने लटा जी पड़ दिया दरबार है रात अद्धी रात हो जाती है तंदुरुस्ती का मेला मेला नहीं बमारा बार मेरी बन के लिए सोने मेला यार बार जल्दी मैच कहते बड़ा तगड़ा जेड़ा चल रहा है एक पासे टीम के इस इलाके की टीम है ते दूजे पासे टीम के लुधियाने दे के सुधार तो चल के आई है लो सामने के जिंदर दी के कबड्डी पै रही है के सामा टैलेंट ते आईया किने लैणियां बधाईयां क्या ने टीम ने प्लेयर खोण लाउणी नहीं ओह देर देरे जित वाले झंडे असी पट मित्रा अज नागर अजलाओ की धरती उत्ते वड्डा कबड्डी कप मित्रा वड्डा कबड्डी कप कंगणवाल टीम तैयारी करके ग्राउंड आ जाए राउंड मैच बोलते गगन जौल हुसन स्वैच गगन प्यार भावे बाबरपुर के कबड्डी कप की गल भावे अज अजलौद नागरा के कबड्डी कप की गल है मेरे वीरियो काका अजलौद जी जोधा अजलौद जी नाजर भाई हाकम भाई उन्होंने धन्यवाद है सारे वीर एस के रॉबन ट्रॉफी वाले वीर साढ़े वीर बड़ा धन्यवाद है उधरों नाथ मिली नाल वाल का मान सम्मान फादर साहब लेंदे हुए टीमां दे रहंदे खिलाड़ी प्लीज आ जान एक पासे टीम कैंड दी और दूसरे पासे पैर छोटा है कड़ियाने दी सिरे दी बाजी होनी है 10 किलो कबड्डी खेलदा भाई साडा भाई मुकाबला होणा हां राउंड दा कहंदे सब तों सुपर हिट मिलेगा खेडे जाणा खेड ग्राउंड दे विच
ਉਧਰੋਂ ਬੱਬੂ ਲਸਾਣਾ ਗਿੱਲ ਸਾਡਾ ਵੀਰ ਬੱਬੂ ਲਸਾਣਾ ਗਿੱਲ ਕੈਨੇਡਾ ਪਹੁੰਚ ਗਿਆ ਐਂ ਦੁਨੀਆ ਦੀ ਵੱਖੋ ਵੱਖਰੀ ਕੰਟਰੀ ਦੀ ਸ਼ੈਰ ਕੀਤੀ ਆ ਭਾਵੇਂ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਦੀ ਗੱਲ ਹੋਵੇ ਅੱਜ ਕਹਿੰਦੇ ਬੱਬੂ ਸਾਡਾ ਵੀ ਲਸਾਣੇ ਵਾਲਾ ਕੈਨੇਡਾ ਪਹੁੰਚ ਗਿਆ ਕਿਉਂਕਿ ਪਿਆਰ ਹੈ ਤੇ ਪਿਆਰੇ ਭਰਾ ਕਹਿੰਦੇ ਜੱਥਿਆਂ ਦੇ ਉੱਪਰ 500 ਰੁਪਇਆ ਲਾ ਰਹੇ ਨੇ ਡਾਂਗਰਿਆਂ ਵਾਲੇ ਕਹਿੰਦੇ ਪਾਂਡਾ ਦੇ ਸ਼ੌਕੀਨ ਨੇ ਇਹਨਾਂ ਦੀ ਘਰ ਕਿਹੜਾ ਕਹਿੰਦੇ ਸੁੱਖੇ ਆਰਤੀਏ ਨਾਲ ਗੁੜੀਏ ਪਿਆਰ ਹੈ ਉਹ ਸਾਹਮਣੇ ਕਹਿੰਦੇ ਲੁਧਿਆਣੇ ਵਾਲੇ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਹੁਣ ਚਾਰਾਂ ਦੇ ਵਿੱਚੋਂ ਦੇਖਦੇ ਵੀ ਪਾਲੇ ਵਰ ਗਏ ਪ੍ਰਦੀਪ ਵਰ ਗਏ ਚਾਰ ਜਾਫੀ ਖੜੇ ਨੇ ਹੁਣ ਦੇਖਦੇ ਵੀ ਕੌਣ ਜੱਫਾ ਲਾਵੇਗਾ ਉਹ ਨਹੀਂ ਰਿਸਾ ਕਿ ਪੱਕੀ ਤਿੱਤਰ ਕਮਾਟੋ ਨਿਕਲੀ ਕਿ ਉੜਦੀ ਨੂੰ ਪਹੁੰਚ ਪੈ ਗਿਆ ਉਹ ਸਾਹਮਣੇ ਉਹ ਗੱਲ ਕਰ ਦਿੱਤੀ ਇਸ ਸਮੇਂ ਜੱਫਾ ਲੈ ਕੇ ਪਹੁੰਚ ਜਿਹੜਾ ਕੰਗਣਾ ਦੀ ਟੀਮ ਦੇ ਖਾਤੇ ਜੁੜ ਗਿਆ ਅਗਲੀ ਕਬੱਡੀ ਚੱਕੇ ਦੀ ਪਿੰਡ ਦੱਸਿਆ ਪਾਲਾ।